गाइस सत श्री अकाल, की हाल चाल ने जी सारिया दे? वधिया, उम्मीद करदा सारे वधिया होवोगे। सवेर हो गई है, दिन चढ़ गया, टाइम हो गया 10 बजे दा। ते एम्बर नूं आपां उही डेली रूटीन छड्ड आए हां स्कूल, ते हुण असीं बस थोड़ी देर तक मैं तैयार होण लग्गिया, ब्रेकफास्ट कर लिया, चाह पी ली है, ते तैयार होना। अज असी एक्चुअली टैंकी वाले नूं बुलाया होया, साफ करने वाले नूं। काफ़ी दिन तो टाइम नहीं मिलता, वैसे टैंकी बहुत अंदरों दी गंदी हुई पई सी, तो असी सोचा भी अज असी टैंकी ही साफ करवा लैने आ। ते बंदे नाल गल हो गई है फोन ते, ते बंदा थोड़ी देर चाह रहा, तुहानूं मिलदे आ फिर तैयार होके फाइनल। हाँ जी, काम कर रहे हो गाइस? ਆਪਾਂ ਘਰ ਦੀ ਥੋੜ੍ਹੀ ਸਫਾਈ ਕਰ ਰਹੇ ਨੇ ਮੈਡਮ। ਆਹ ਮੈਟ ਵਗੈਰਾ ਚੱਕਣ ਲੱਗੇ ਹਾਂ, ਸੋਫੇ ਸਾਈਡ 'ਤੇ ਕਰਤੇ ਨੇ। ਅਸੀਂ ਤੁਹਾਨੂੰ ਦੱਸਿਆ ਨਹੀਂ, ਅਸੀਂ ਥੋੜ੍ਹੀ ਲੁੱਕ ਵੀ ਚੇਂਜ ਕਰ ਲਈ ਆ ਘਰ ਦੀ ਨਾ। ਪਹਿਲਾਂ ਡਾਇਨਿੰਗ ਟੇਬਲ ਇੱਧਰ ਹੁੰਦਾ ਸੀ ਜਿੱਥੇ ਸੋਫਾ ਪਿਆ, ਜਿੱਥੇ ਆ ਮੈਟ ਵਿਛਿਆ, ਅਤੇ ਹੁਣ ਅਸੀਂ ਕੀ ਕੀਤਾ, ਡਾਇਨਿੰਗ ਟੇਬਲ ਪਿੱਛੇ ਕਰਤਾ ਅਤੇ ਮੈਟ, ਅਤੇ ਮੈਟ ਅੱਗੇ ਕਰਕੇ ਅਤੇ ਫੋਨ ਆ ਗਿਆ, ਅਤੇ ਸੋਫੇ ਨੂੰ ਆਪਾਂ ਇੱਧਰ ਕਰਤਾ, ਥੋੜ੍ਹੀ ਲੁੱਕ ਚੇਂਜ ਕੀਤੀ ਆ। ਇਹ ਵਾਲਾ ਸ਼ੂ ਰੈਕ ਹੈ, ਇਹ ਹੈਗਾ ਆਪਣਾ ਮਤਲਬ ਲੈਪਟੋਪ ਦਾ ਟੇਬਲ ਹੈਗਾ, ਪ੍ਰਿੰਟਰ ਉੱਪਰ ਰੱਖਿਆ ਹੋਇਆ। ਇਹ ਬਾਬਾ ਜੀ ਦਾ ਛੋਟਾ ਜਿਹਾ ਬਣਾਇਆ ਹੋਇਆ, ਠੀਕ ਹੈ ਜੀ। ਸੋ ਚਲੋ ਕਰਦੇ ਹਾਂ ਜੀ ਸਫਾਈ, ਫਿਰ ਮਿਲਦੇ ਹਾਂ ਜੀ। ਉਸਤਾਦ ਬੜਾ ਭਰ ਰਿਹਾ ਤਾਂ ਇਹ ਤਾਂ ਥੱਲੇ ਹਾਂਜੀ ਗਾਇਸ, ਮੈਂ ਉੱਪਰ ਆ ਗਿਆ ਸੀ, ਪੱਗ ਬੰਨ ਲਈ ਹੈ, ਬਸ ਟੈਂਕੀ ਵਾਲੇ ਬੰਦੇ ਦੀ ਵੇਟ ਕਰ ਰਹੇ ਹਾਂ, ਆਉਣ ਵਾਲੀ ਆ, ਬਸ ਉਹ 5 ਮਿੰਟ ਤੱਕ ਉੱਪਰ ਆ ਜੂਗਾ। ਆਪਣੇ ਸਾਹਮਣੇ ਘਰਾਂ ਨੇ ਵੀ ਦੋਨਾਂ ਨੇ ਟੈਂਕੀ ਸਾਫ਼ ਕਰਾਉਣੀ ਸੀ, ਆਪਾਂ ਵੀ ਕਰਾਉਣੀ ਸੀ, ਉਹ ਹੈ ਨਹੀਂ ਸਾਡੇ ਵੱਲ, ਪਹਿਲਾਂ ਆ ਰਿਹਾ। ਸੋ ਠੀਕ ਹੈ, ਮਿਲਦੇ ਹਾਂ ਫਿਰ। ਗਾਇਸ, ਟੈਂਕੀ ਵਾਲਾ ਬੰਦਾ ਆ ਗਿਆ ਅਤੇ ਟੈਂਕੀ ਸਾਫ਼ ਹੋ ਰਹੀ ਹੈ, ਬੰਦਾ ਅੰਦਰ ਵੜਿਆ ਹੋਇਆ। ਪਾਣੀ ਸਾਰਾ ਨੀਚੇ ਆਪਣੀ ਰੋਡ 'ਤੇ ਜਾਏਗਾ। ਚਲੋ ਇਹਦਾ ਵੀ ਅੱਜ ਕੰਮ ਮੁੱਕ ਜਾਣਾ, ਟੈਂਕੀ ਦਾ ਵੀ। ਪਹਿਲਾਂ ਉਹ ਕਰਨੀ ਸੀ ਸ਼ਰਟ ਯਾਰ, ਮੈਂ ਆ ਪਹਿਲਾਂ ਕਿਹਾ ਸੀ ਸ਼ਰਟ ਕਰਨੀ ਆ, ਸਹੀ ਉਹ ਕਰਤੀ ਆ। ਤੁਸੀਂ ਵੇਟ ਕਰ ਲਓ, ਅੱਜ ਮਸ਼ੀਨ ਲਾ ਕੇ ਬੈਠੇ ਨੇ ਮਹਾਰਾਜ। ਕਿੰਨਾ ਟਾਈਮ ਰਹਿ ਗਿਆ? ਇੱਧਰ ਹੋ ਗਈ, ਦੂਜੇ ਪਾਸੇ ਹੋ ਗਈ। ਤੁਸੀਂ ਤਾਂ ਫਿਟਿੰਗ ਵਾਲੀਆਂ ਸ਼ਰਟਾਂ ਐ ਪਾਲਦੇ ਹੋ ਜਿੱਦਾਂ ਕੁੜੀਆਂ ਦੇ ਸੂਟ ਹੁੰਦੇ ਆ। ਨਹੀਂ ਯਾਰ, ਮੋਟੀ ਤਾਂ ਘੱਟ ਆ ਕਿਤੇ, ਇੱਕ ਇੱਕ ਇੰਚੀ ਕਰਨੀ ਆ ਬਸ।
बस हो गई मेनू नहीं पता ना मैं इंची उंची मैं नहीं कुछ नापिया वो इंची टेम रखी दा हुंदा है टेलर को ना इंची टेम हुंदा तो बगैर वो जीरो है बंदा आप तो जाली यार मेरे को इंची टेम में हथियार नहीं ना लड़न चले आप टाइम पास है हम तो वो जा तू गल केड़ी करती तू तो फिर टेलर को लो ठीक कराओ मेरा क्या दिमाग खादा फिर फायदा की है रीला तेने पैसे लान दा आ देखो रीला इन लिया मैं स्पेशल पूरी 250 रुपए दी स्पेशल इन धन दौलत लुटा छी है मैं ते मैं बाहर जाके पैसे देव ये तो गल ना बनी सजना लो पाओ पैसे भी इधर सिट पहला पहला आग आ पानी है मैं वो नहीं पानी मैं पर कमीज पैसे भी दई जो इधर पहला वो पानी है मैं समझ गया कि मेरी गल जल्दी जल्दी करो जल्दी जल्दी आहा करो पाके दिखाओ मैनू चलो ठीक है दिखाना पाके रुक जा हां जी की बनदा अज फिर आप बना लगे हैं बजरेला बड़ी देर बाद बना लगे हैं बजरेला बहुत देरी हो गई है ना खाते हैं सर्दियों च नहीं खावांगे तो कदों खावांगे खोया खोया लंदा है ना थोड़ा सा ही बनाना है ऐसे वो ये लो जी गजरेला बन रहा है फ्रिज ते विच आपा खोया ले आंदा ही सिरे थोड़ा जा खोया पे ठीक है जावा नहीं हां इधर फिर आपा इनू पा के ते खाने हैं फिर ਕਿਹਨ ਜੇ ਤਰੀਕੇ ਨਾਲ ਵੈਸੇ ਤਾਂ ਖੋਆ ਪਾ ਵਿਦਆਊਟ ਵੀ ਖਾ ਸਕਦੇ ਆ ਐਡੀ ਕੋਈ ਗੱਲ ਨਹੀਂ ਆ ਬਟ ਖੋਏ ਨਾ ਫਿਰ ਜ਼ਿਆਦਾ ਸਵਾਦ ਬਣੂਗਾ ਘੈਂਟ ਬਣੂਗਾ ਸਵਾਦ ਨਹੀਂ ਦੇਖੀਏ ਆਪਣੀ ਹੈਲਥ ਸਭ ਤੋਂ ਪਹਿਲਾਂ ਦੇਖੀਏ ਪੁਰਾਣੇ ਜ਼ਮਾਨੇ ਚ ਖੋਆ ਖਾਂਦਾ ਨਹੀਂ ਸੀ ਕੋਈ ਖੋਏ ਨਾ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੀ ਹੁਣ ਖੋਏ ਖੋਆ ਤਾਂ ਖਾਣਾ ਚਾਹੀਦਾ ਕਰ ਸਕਦਾ ਅੱਜ ਦੇ ਟਾਈਮ ਕੋਲੇਸਟ੍ਰੋਲ ਯੂਰਿਕ ਐਸਿਡ ਲੋਕਾਂ ਦੇ ਹੱਦੇ ਵਧੇ ਨੇ ਉਹ ਤਾਂ ਵੱਧ ਹੀ ਜਾਂਦੇ ਨੇ ਇਹਨਾਂ ਨੇ ਆਪਣਾ ਕੰਮ ਕਰਨਾ ਹੈ ਬਾਕੀਆਂ ਨੇ ਆਪਣਾ ਕੰਮ ਕਰਨਾ ਹੈ ਖਾਓ ਪੀਓ ਐਸ਼ ਕਰੋ ਲੋ ਵੀ ਮਿੱਤਰੋ ਗਜਰੇਲਾ ਹੋ ਗਿਆ ਤਿਆਰ ਸਾਡਾ ਇਹਦੇ ਚ ਹੁਣ ਡਰਾਈ ਫਰੂਟ ਪੈ ਰਿਹਾ ਹੈ ਇਹ ਬਦਾਮ ਕ੍ਰਸ਼ ਕਰਕੇ ਪਾ ਰਹੇ ਹੋ ਤੁਸੀਂ ਸਿਆ ਸਰਦਾਰਨੀ ਨੇ ਘੈਂਡ ਮੇਰੇ ਦਾ ਬਣਾਇਆ ਹੁਣ ਖਾ ਕੇ ਦੇਖਦੇ ਹਾਂ ਕਿੱਦਾਂ ਦਾ ਬਣਾਇਆ ਠੀਕ ਆ ਚਲੋ ਜੀ ਲੱਖ ਲਾਂਤਾ ਪਾਈਆਂ ਨਿੱਕੀਆਂ ਜਿੰਨਾਂ ਤੇ ਜਾਵਾਂ ਸੁਣਾ ਕੇ 10 ਖੰਖੜੀਆਂ ਦੌਲਤਾਂ ਕਮਾਈਆਂ ਨਿੱਕੀਆਂ ਜਿੰਨਾਂ ਵੱਡੇ ਸਾਕੇ ਨੇ ਉਹ ਅੱਜ ਵੀ ਕੌਮ ਦੇ ਰਾਖੇ ਨੇ ਠੀਕ ਹੈ ਇੱਟਾ ਤੱਕ ਤੂੰ ਕੰਧ ਦੀਆਂ ਰਵਾਈਆਂ ਤੂੰ ਕੰਧ ਦੀਆਂ ਰਵਾਈਆਂ 10 ਖੰਖੜੀਆਂ ਕਿਹੜਾ ਤੂੰ ਦੌਲਤਾਂ ਕਮਾਈਆਂ ਵੇ ਸੁਬਿਆ ਲੱਖ ਲਾਂਤਾਂ ਹੀ ਚੋਲੀ ਪਾਈਆਂ ਵੇ ਸੁਬਿਆ ਲੱਖ ਲਾਂਤਾਂ ਪਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਐਂਬਰ ਸੁਣਾਓ ਪਾਪਾ ਨੂੰ ਇੱਟਾਂ ਤੱਕ ਤੂੰ ਕੰਧ ਦੀਆਂ ਰਵਾਈਆਂ 10 ਖਾਂ
ਕਿਹੜੀਆਂ ਕਿਹੜੀਆਂ ਦੌਲਤਾਂ ਕਮਾਈਆਂ ਲੱਖ ਲਾਂ ਤਾਈ ਝੋਲੀ ਪਵਾਈਆਂ ਲੱਖ ਲਾਂ ਤਾਈ ਝੋਲੀ ਪਵਾਈਆਂ ਲੱਖ ਲਾਂ ਤਾਈ ਝੋਲੀ ਪਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤਿ ਸ੍ਰੀ ਅਕਾਲ ਵੈਰੀ ਗੁੱਡ ਕੱਲ ਸੁਣਾਓਗੇ ਨਾ ਸੋਨਾ ਸੋਨਾ ਉੱਥੇ ਮਾਈਕ ਦੇ ਵਿੱਚ ਬੋਲਣਾ ਠੀਕ ਹੈ ਪੂਰਾ ਜੋਸ਼ ਵਿੱਚ ਆ ਕੇ ਪੂਰਾ ਵਧੀਆ ਤਰੀਕੇ ਨਾਲ ਉੱਚੀ ਸਾਰੀ ਬੋਲਣਾ ਜਿਵੇਂ ਛੋਟੇ ਸਾਹਿਬਜ਼ਾਦੇ ਬੋਲਦੇ ਸੀ ਠੀਕ ਹੈ ਪੁੱਤਰ ਓਕੇ ਵੈਰੀ ਗੁੱਡ ਗਾਇਜ਼ ਇਹ ਸਾਹਮਣੇ ਸਾਡੇ ਗੁਆਂਢੀਆਂ ਤੋਂ ਇੰਦਰ ਦੀਦੀ ਨੇ ਦਿੱਤੇ ਨੇ ਆਪੇ ਬਣਾ ਕੇ ਇਹਦੇ ਨਾਲ ਚਟਨੀ ਆ ਬਹੁਤ ਟੇਸਟੀ ਆ ਬਹੁਤ ਟੇਸਟੀ ਆ ਇਹ ਨਾ ਲਸਣ ਕਿਹਦੀ ਕਿਹਦੀ ਚਟਨੀ ਆ ਬਹੁਤ ਅੱਛੀ ਆ ਪੂਰਾ ਲਸਣ ਦੇ ਲੈ ਕੇ ਨਾ ਪੂਰਾ ਲਸਣ ਪੂਰਾ ਵਧੀਆ ਬਣਾਈ ਆ ਟੇਸਟੀ ਬਹੁਤ ਦੋ ਟਮਾਟਰ ਅਸੀਂ ਡਿਨਰ ਕਰਨ ਲੱਗੇ ਸੀ ਇਹ ਨਾਲ ਹੀ ਲਿਆਏ ਅਸੀਂ ਕਿਹਾ ਚਲੋ ਅਸੀਂ ਕੱਲ ਵੀ ਆਪੇ ਬਣਾਏ ਸੀ ਪਰ ਸਾਡੇ ਵਾਲੇ ਇੰਨੇ ਸਵਾਦ ਨਹੀਂ ਸੀ ਕਿਉਂਕਿ ਸਾਡਾ ਫਰਸਟ ਐਕਸਪੀਰੀਅੰਸ ਸੀਗਾ ਬਹੁਤ ਯੰਮੀ ਬਣੇ ਨੇ ਬਟ ਦੀਦੀ ਨੇ ਬਹੁਤ ਘੈਂਟ ਬਣਾਇਆ ਥੈਂਕ ਯੂ ਸੋ ਮਚ ਫॉर ਲਵਲੀ ਆਪੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਹੋ ਤੁਸੀਂ ਸੋ ਅੱਜ ਦਾ ਦਿਨ ਬਹੁਤ ਜ਼ਿਆਦਾ ਬਿਜ਼ੀ ਨਿਕਲਿਆ ਇੱਧਰ ਫਾਲਤੂ ਦੇ ਕੰਮ ਕਰਦੇ ਮੁੱਕਦੇ ਹੀ ਨਹੀਂ ਗਏ ਸੋ ਕੱਲ੍ਹ ਦੀ ਤਿਆਰੀ ਐਂਬਰ ਦੇ ਕੱਲ੍ਹ ਐਕਚੁਅਲੀ ਗੁਰਪੁਰਬ ਸੈਲੀਬ੍ਰੇਸ਼ਨ ਹੈਗਾ ਸਕੂਲ ਦੇ ਵਿੱਚ ਤਾਂ ਉਹਦੇ ਲਈ ਪ੍ਰੈਪਰੇਸ਼ਨਸ ਚੱਲਦੀਆਂ ਪਈਆਂ ਪਹਿਲਾਂ ਐਂਬਰ ਦਾ ਸਟੱਡੀ ਟਾਈਮ ਚੱਲ ਰਿਹਾ ਸੀਗਾ ਹੁਣ ਅੰਬਰ ਨੂੰ ਥੋੜ੍ਹਾ ਜਿਹਾ ਕਵਿਤਾ ਲਰਨ ਕਰਵਾਈ ਹੈ ਛੋਟੇ ਸਾਹਿਬਜ਼ਾਦਿਆਂ ਦੇ ਰਿਲੇਟਿਡ ਸੋ ਹੋਪ ਸੋ ਉਹ ਸਹੀ ਕਰੇ ਕੱਲ੍ਹ ਜਾ ਕੇ ਔਰ ਬਾਕੀ ਇਸ ਵਲੋਗ 'ਚ ਉਹਦੀ ਆਈ ਮੈਂ ਛੋਟੀ ਜਿਹਾ ਕਲਿੱਪ ਲਿਆ ਸੀਗਾ ਦੇਖ ਐਕਚੁਅਲੀ ਉਹ ਨਾ ਕੈਮਰਾ ਸ਼ਾਇਦ ਬਹੁਤ ਹੈ ਉਹਦੇ ਸਾਹਮਣੇ ਕੈਮਰਾ ਕਰ ਦਿਉ ਸਭ ਕੁਛ ਡਲ ਡੰਪ ਹੋ ਜਾਂਦਾ ਉਹਦਾ ਹਿਸਾਬ ਕਿਤਾਬ ਸੋ ਉੱਥੇ ਚੋਰੀ ਚੋਰੀ ਸਾਨੂੰ ਕੈਮਰੇ ਦੇ ਨਾਲ ਵੀਡੀਓ ਮਤਲਬ ਕਲਿੱਕ ਕਰਨੀ ਪੈਂਦੀ ਹੈ ਕਿ ਉਹਨੂੰ ਪਤਾ ਨਾ ਲੱਗ ਜਾਏ ਸੋ ਦੇਖਦੇ ਹਾਂ ਕੱਲ੍ਹ ਦਾ ਦਿਨ ਵਧੀਆ ਰਹੇ ਬਾਕੀ ਅੱਜ ਸਾਰਾ ਦਿਨ ਅਸੀਂ ਐਕਚੁਅਲੀ ਫਤਿਹ ਨੇ ਤੁਹਾਨੂੰ ਦੱਸਿਆ ਹੀ ਹੋਣਾ ਕਿ ਅੱਜ ਟੈਂਕੀ ਸਾਫ਼ ਕਰਨ ਵਾਲਾ ਆਇਆ ਸੀ ਸਾਡੇ ਸੋ ਸਾਰਾ ਦਿਨ ਅੱਧਾ ਦਿਨ ਤਾਂ ਸਾਡਾ ਉਹਦੇ 'ਚ ਹੀ ਨਿਕਲ ਗਿਆ ਬਸ ਹੁਣ ਚਾਹ ਪਾਣੀ ਪੀਤਾ ਸੋ ਗਾਇਜ਼ ਅੱਜ ਦੇ ਵਲੋਗ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਏਗਾ ਸੋ ਕੀਪ ਸਬਸਕ੍ਰਾਈਬ ਦਾ ਚੈਨਲ ਲਾਈਕ ਐਂਡ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਗਾਇਜ਼ ਤਾਂ ਕਿ ਜੋ ਵੀ ਕਮੀ ਪੇਸ਼ੀ ਹੁੰਦੀ ਹੈ ਸਾਨੂੰ ਪਤਾ ਲੱਗਿਆ ਕਰੇ ਅਤੇ ਆਪਾਂ ਇਹਨੂੰ ਹੋਰ ਇੰਪਰੂਵ ਕਰੀਏ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਸੋ ਥੈਂਕ ਯੂ ਸੋ ਮੱਚ ਕੀਪ ਵਾਚਿੰਗ ਸੋ ਕੀਪ ਸਪੋਰਟਿੰਗ ਪਲੀਜ਼ ਗਾਇਜ਼ ਥੈਂਕ ਯੂ ਸੋ ਮੱਚ ਥੈਂਕ ਯੂ ਮਿਲਦੇ ਹਾਂ ਬਿਲਕੁਲ ਬਾਏ ਬਾਏ